ਮੇਰਾ ਨਾਮ ਕਾਮਰੇਟ ਰਣਜੀਤ ਸਿੰਘ ਦੱਸੋ ਕੀ ਮਸਲਾ ਹੈ ਜਿੱਥੇ ਜੋ ਇਕੱਠੇ ਹੋਏ ਹੋਏ ਇਹ ਮਸਲਾ ਜੀ ਇੱਥੇ ਥੋੜੇ ਦਿਨ ਪਹਿਲਾਂ ਇਹ ਸਰਦਾਰ ਹਰਬੰਸ ਸਿੰਘ ਆ ਇਹਨਾਂ ਦਾ 2009 ਤੋਂ 15 ਕਨਾਲ 7 ਮਰਲੇ ਜ਼ਮੀਨ ਹੈ ਇੱਥੇ ਪਿੰਡ ਬਾਧਰਪੁਰ ਜੋ ਇਹਦੇ ਵਿੱਚ ਉਹਦਾ ਜਿਹੜਾ ਝਗੜਾ ਮਨਮੋਹਨ ਸਿੰਘ ਦੇ ਨਾਲ ਚੱਲਦਾ ਆਉਂਦਿਆ ਮਨਮੋਹਨ ਸਿੰਘ ਦਾ 2011 ਦੇ ਵਿੱਚ ਵੀ ਝਗੜਾ ਹੋਇਆ ਸੀ ਜਿਹਦੇ ਚ ਉਹਨੇ ਐਫ ਆਈ ਆਰ ਜਾ ਕੇ ਹਿਯਾਰਪੁਰ ਚ ਕਰਵਾ ਲਈ ਸੀਗੀ ਜਦੋਂ ਕਿ ਰਕਬਾ ਇਹ ਗੁਰਦਾਸਪੁਰ ਦਾ ਪੈਂਦਾ ਕੇਸ ਬਟਾਲੇ ਕੀਤਾ ਉਹਨੇ ਬਟਾਲੇ ਕੋਰਟ ਦੇ ਵਿੱਚੋਂ ਜਿਹੜਾ ਆ ਉਹ ਸਰਦਾਰ ਹਰਬੰਸ ਸਿੰਘ ਦੇ ਹੱਕ ਦੇ ਵਿੱਚ ਡਿਗਰੀ ਹੋ ਗਈ ਉਸ ਤੋਂ ਬਾਅਦ ਚ ਉਹਨੇ ਇੱਕ ਡੀਸੀ ਸਾਹਿਬ ਦੇ ਕੇਸ ਲਾਇਆ ਉਹ ਵੀ ਸਰਦਾਰ ਹਰਬੰਸ ਸਿੰਘ ਦੇ ਹੱਕ ਚ ਹੋ ਗਿਆ ਝਗੜਾ ਹੋਣ ਤੋਂ ਬਾਅਦ ਦੇ ਵਿੱਚ ਉਹਨੇ ਪੈਸੇ ਵਾਲਾ ਬੰਦਾ ਆ ਉਹਨੇ ਜਾ ਕੇ ਹਸਿਆਰਪੁਰ ਪੁਲਿਸ ਵਾਲੋਂ ਪਰਚਾ ਲੈ ਲਿਆ ਇਹਨਾਂ ਦਾ ਪਰਚਾ ਦਰਜ ਨਹੀਂ ਹੋਇਆ ਇਹਨਾਂ ਨੇ ਬਟਾਲੇ ਜਾ ਕੇ ਕੋਰਟ ਦੇ ਵਿੱਚ ਇਸਤਖਾਸਾ ਕਰਤਾ ਜਦੋਂ ਇਸਤਖਾਸਾ ਨਿਕਲਿਆ ਤੇ ਹਰਬੰਸ ਸਿੰਘ ਨੇ ਭਜਨ ਅਠ ਕੀਤੀ ਆ ਸਾਰੇ ਮੋਤ ਮੇਰ ਬੰਦੇ ਖੜੇ ਆ ਇਨਾਂ ਨੇ ਵਿੱਚ ਹੋ ਕੇ ਤੇ ਇਹਨਾਂ ਦਾ ਕੰਪਰੋਮਾਈਜ਼ ਕਰਾਇਆ ਜੋ ਆ 500 ਰੁਪਏ ਦੇ ਅਸਟਾਮ ਦੇ ਉੱਤੇ ਲਿਖਿਆ ਉਹ ਤੁਹਾਨੂੰ ਅਸਟਾਮ ਦੀ ਕਾਪੀ ਵੀ ਦਿੰਨੇ ਆ ਉਸ ਤੋਂ ਬਦੌਲਤ ਜਿਹੜਾ ਹਰਬੰਸ ਸਿੰਘ ਦਾ ਥਾਂ ਜਿਹੜਾ ਸੀ ਉਹ ਮਨਮੋਹਨ ਸਿੰਘ ਨੇ ਲੈ ਲਿਆ ਤੇ ਇਹਨਾਂ ਦਾ ਆਪੋਚੋਂ ਦੀ ਕੰਪਰੋਮਾਈਜ਼ ਕਰਵਾ ਕੇ ਥਾਂ ਦਾ ਤਬਾਦਲਾ ਕੀਤਾ ਗਿਆ ਪਰ ਮਨਮੋਹਨ ਸਿੰਘ ਜਿਹੜਾ ਉਹ ਬੰਦਾ ਤੇਜ ਸੀਗਾ ਉਹਨੇ ਆਪਣੇ ਨੰਬਰ ਜਿਹੜੇ ਆ ਉਹ ਪੱਕੇ ਜਿਹੜੇ ਮਾਲਕੀ ਦੇ ਉਹ ਦੇ ਦਿੱਤੇ ਸੀ ਇਹਨਾਂ ਦਾ ਰਕਬਾ ਜਿਹੜਾ ਕੇਂਦਰ ਸਰਕਾਰ ਦਾ ਰਕਬਾ ਸੀ ਜੋ ਅਲਾਟਮੈਂਟ ਹੋਇਆ ਪਰ ਉਹਦੀ ਸੁਪਰੀਮ ਕੋਰਟ ਵੱਲੋਂ ਜਿਹੜੀ ਆ ਉਹ ਰੋਕ ਲੱਗ ਗਈ ਕਿ ਤੋੜ ਕੇ ਦੁਬਾਰਾ ਜਿਹੜ ਇਹ ਕੇਂਦਰ ਸਰਕਾਰ ਦੇ ਨਾਂ ਤੇ ਕੀਤਾ ਗਿਆ। ਅੱਜ ਮੁਲਾਜ਼ਮ ਆਏ ਕੀ ਗਣਾ ਜੀ? ਉਹ ਇੱਥੇ ਝਗੜਾ ਹੋਇਆ ਸੀਗਾ ਉਹ ਝਗੜੇ ਨੂੰ ਕਲੀਅਰ ਕਰਨ ਵਾਸਤੇ ਮੁਲਾਜ਼ਮ ਆਏ ਸੀਗੇ ਇਸ ਜਗ੍ਹਾ ਤੇ ਇੱਕ ਮਾੜਾ ਜਿਹੜਾ ਮਨਮੋਹਨ ਸਿੰਘ ਨੇ ਵੜਿਆ ਜਿਹਨੂੰ ਰੋਕਣ ਵਾਸਤੇ ਹਰਬੰਸ ਸਿੰਘ ਉਹ ਨਹੀਂ ਆਏ ਸੀਗੇ ਤੇ ਇਹ ਝਗੜਾ ਗੁਰਦਾਸਪੁਰ ਚ ਹੋਇਆ ਪਰ ਉਹ ਮੁਲਾਜ਼ਮ ਜਿਹੜੇ ਆ ਟਰਕਾ ਕੇ ਚਲੇ ਗਏ ਕਿਉਂਕਿ ਉਹ ਪੈਸੇ ਦੇ ਪੁੱਤ ਨੇ ਮਨਮੋਹਨ ਸਿੰਘ ਪੈਸੇ ਦੇ ਕੇ ਸਾਰੇ ਕੰਮ ਕਰਾਈ ਜਾਂਦਾ ਇਹਨਾਂ ਦੇ ਸੱਤਾਂ ਦੇ ਉੱਤੋਂ ਬਾਲੇ ਵੀ ਡਿੱਗਣ ਡਏ ਕਿਸੇ ਨੂੰ ਦੇਣ ਜੋਗੇ ਕੁਝ ਨਹੀਂਗੇ ਇਹਨਾਂ ਦਾ ਕੋਈ ਮੁੱਲ ਨਹੀਂ ਕਹਿੰਦੇ ਜੀ ਤੁਸੀਂ ਹਸਿਆਰਪੁਰ ਐਸਐਸਪੀ ਕੋਲ ਜਾ ਜੇ ਹਸਿਆਰਪੁਰ ਦਾ ਰਕਬਾ ਤੇ ਫਿਰ ਇਹ ਬਨਮੋਹਨ ਸਿੰਘ ਗਰਦਾਸਪੁਰ ਦੇ ਵਿੱਚ ਕੇਸ ਕਿਉਂ ਕਰ ਰਿਹਾ ਇਹਨਾਂ ਤੇ ਕੇਸ ਜਿਹੜਾ ਉਹ ਗਰਦਾਸਪੁਰ ਦੇ ਵਿੱਚ ਕਰ ਰਿਹਾ ਪੁਲਿਸ ਇਹਨਾਂ ਦੀ ਕੋਈ ਸੁਣਵਾਈ ਨਹੀਂ ਕਰਦੀ ਇਹ ਮਾਤੜ ਬੰਦੇ ਆ ਇਹਨਾਂ ਦਾ ਕੋਈ ਮਸਲਾ ਹੱਲ ਜਿਹੜਾ ਉਹ ਮੀਡੀਆ ਰਾਈ ਕਰਵਾਇਆ ਜਾਏ ਇਸ ਕਰਕੇ ਅਸੀਂ ਤੁਹਾਨੂੰ ਰਿਕਵੈਸਟ ਕੀਤੀ ਹੈ ਔਰ ਜਿੱਦਾਂ ਕਿ ਜੋ ਐਸਐਸਓ ਸਾਹਿਬ ਜਾਂ ਬਾਕੀ ਅਫਸਰਾਂ ਨੇ ਮਨਾਂ ਕਰ ਦਿੱਤਾ ਵੀ ਬਿਆਨ ਦੇਣ ਤੋਂ ਕੀ ਕਹਿਣਾ ਚਾਹੁੰਦੇ ਹੋ ਉਹਦੇ ਵਿੱਚ ਜੀ ਉਹ ਸਾਫ ਚੋਰ ਨੇ ਉਹ ਕਹਿੰਦੀ ਵੀ ਮੈਂ ਇਹ ਬੁਰਜੀਆਂ ਢਾਈਆਂ ਦਾ ਜਿਹੜਾ ਇਹ ਮਨਮੋਹਨ ਸਿੰਘ ਦਾ ਪਹਿਲਾਂ ਇਹਨਾਂ ਦਾ ਕਮਾਦਵਾਇਆ ਹੈ ਹਰਬੰਸ ਸਿੰਘ ਦਾ ਉਦੀ ਇਹਨਾਂ ਦਾਰਖਾਸਤ ਦਿੱਤੀ ਸੀਗੀ ਉਸ ਦਰਖਾਸਤ ਦੀ ਕੋਈ ਕਾਰਵਾਈ ਨਹੀਂ ਹੋਈ ਉਲਟਾ ਇਹਨਾਂ ਗਰੀਬਾਂ ਦੇ ਉੱਤੇ ਬੁਰਜੀਆਂ ਢਾਈਆਂ ਦਾ ਪਰਚਾ ਦਰਜ ਕੀਤਾ ਜਦੋਂ ਅਸੀਂ ਪੁੱਛਣ ਡਏ ਹਾਂ ਮਾਲ ਮਹਕਮੇ ਨੂੰ ਤੇ ਗਰਦੌਰ ਸਾਹਿਬ ਰਜਿੰਦਰ ਸਿੰਘ ਕਹਿੰਦੇ ਜੀ ਅਸੀਂ ਤੇ ਇਹਦੇ ਵਿੱਚ ਕੋਈ ਗੱਲ ਨਹੀਂ ਇਹੋ ਜੀ ਲਿਖੀ ਵੀ ਬੁਰਜੀਆਂ ਢਟੀਆਂ ਉਹਨਾਂ ਨੇ ਕਮਾਦਵਾਇਆ ਕਮਾਦਵਾਉਣ ਦੇ ਨਾਲ ਬੁਰਜੀਆਂ ਢਟੀਆਂ ਪਰ ਪੁਲਿਸ ਉਹਦੀ ਕੋਈ ਕਾਰਵਾਈ ਨਹੀਂ ਕਰਨੀ ਉਲਟਾ ਐ ਐਸਐਚਓ ਬਲਜੀਤ ਕੌਰ ਨੇ ਜਿਹੜਾ ਪਰਚਾ ਇਹਨਾਂ ਦੇ ਉੱਤੇ ਬੁਰਜੀਆਂ ਢਾਈਆਂ ਦਾ ਹਰਬੰਸ ਸਿੰਘ ਤੇ ਕਰ ਦਿੱਤਾ ਜੋ ਕਿ ਬੰਦਾ ਮਨਮੋਹਨ ਸਿੰਘ ਤੇ ਸੀਗਾ ਇੱਕ ਕਾਗਜ਼ ਪੱਤਰ ਵੀ ਤੁਸੀਂ ਦਿਖਾ ਰਹੇ ਹੋ ਕਾਗਜ਼ ਪੱਤਰ ਪੂਰੇ ਕਿਹੜੀ ਐਫ ਆਈ ਆਰ ਚ ਕੀ ਖਾਂ ਇਹ ਜੀ ਇਹਦੀ ਐਫ ਆਈ ਆਰ ਹੈ 26 7 2022 ਨੂੰ ਐਫ ਆਈ ਆਰ ਨੰਬਰ 108 ਆ ਹਾਂ ਜੀ ਐਫ ਆਈ ਆਰ ਨੰਬਰ 108 ਆ 22 7 2022 ਨੂੰ ਇਹ ਜਿਹੜਾ ਇਹਨਾਂ ਤੇ ਪਰਚਾ ਦਰਜ ਹੋਣ ਡਿਆ ਵਾ ਬੁਰਜੀਆਂ ਢਾਈਆਂ ਦਾ ਜਦੋਂ ਕਿ ਇਹਨਾਂ ਦਾ ਨਾਲੇ ਕਮਾਦ ਵਗ ਗਿਆ ਤੇ ਉਲਟਾ ਹੀ ਇਹਨਾਂ ਦੇ ਉੱਤੇ ਬੁਰਜੀਆਂ ਢਾਈਆਂ ਦਾ ਪਰਚਾ ਕਰਤਾ ਵੀ ਇਹ ਕਿਸੇ ਤਰੀਕੇ ਨਾਲ ਜਿਹੜਾ ਆ ਇਧਰੋਂ ਕੋਈ ਅੱਗੇ ਸਾਡੇ ਤੇ ਕੋਈ ਕਾਰਵਾਈ ਨਾ ਕਰਨ ਕਰਨ ਸਿੰਘ ਜੀ ਕਿੱਥੋਂ ਰਹਿਣ ਵਾਲੇ ਹੋ ਡੋਗਰ ਮਹੇਸ਼ ਪਤੀ ਸਤੋ ਨਗਰ ਜੀ ਕੀ ਮਸਲਾ ਹੋਇਆ ਕਿ ਅੱਜ ਤੁਹਾਡੇ ਤੇ ਜਿਹੜਾ ਕਿ ਅੱਜ ਸਾਰੇ ਇੱਥੇ ਪਿੰਡ ਇਕੱਠੇ ਹੋਇਓ ਜ਼ਮੀਨ ਦਾ ਤੇ ਸਰ ਜੀ ਇਹ ਸਾਡਾ ਪੈਲੀ ਦਾ ਤਕੜਾ ਸੀ ਇਹਦੇ ਨਾਲ ਬੜੇ ਕਾਫੀ ਦਿਨ ਤੋਂ ਚੱਲਿਆ ਤੇ ਇੱਕ ਮਾਲ ਜਿਹੜਾ ਇਹ ਸਾਡਾ ਜ਼ਬਰਦਸਤੀ ਵਧ ਰਿਹਾ ਸੀ ਇੱਥੋਂ ਲੱਗਾ ਹੋਇਆ ਅਸੀਂ ਆਣ ਕੇ ਇਹਨਾਂ ਨੂੰ ਡਕਿਆ ਦੇਣਾ ਸਾਡੇ ਸੱਟਾਂ ਮਾਰੀਆਂ ਤੇ ਪੁਲਿਸ ਨੇ ਸਾਡੀ ਕੋਈ ਸੁਣੀ ਨਹੀਂ ਆ ਇਸ ਕਰਕੇ ਬੰਦੇ ਵੀਰ ਸੱਜੇ ਸਾਰੇ ਤੇ ਇਹਨਾਂ ਦੇ ਕੋਈ ਮਸਲਾ ਹੱਲ ਨਹੀਂ ਹੋਇਆ ਜੀ ਔਰ ਇੱਕ ਮਸਲਾ ਜਿਹੜਾ ਆਉਂਦਿਆ ਕਿ ਹੁਸ਼ਿਆਰਪੁਰ ਦੀ ਤਾਂ ਪਹਿਲੀ ਦੱਸੀ ਜਾਂਦੀ ਜਦ ਕਿ ਗੁਰਦਾਸਪੁਰ ਦੀ ਕੀ ਕਹਿਣਾ ਚਾਹਦੇ ਹੋ ਇਹ ਸਰ ਜੀ ਅੱਜ ਕੋ ਰਜਿਸਟਰੀ ਇੰਤਕਾਲ ਆ ਇਹਨਾਂ ਦੇ ਨੰਬਰਾਂ ਤੇ ਲਿਮਟ ਆਈ ਆ ਤੇ ਕਾਫੀ ਦੇਰ ਤੋਂ ਅਸੀਂ ਇਹ ਪਹਿਲੀ ਵਾਰ ਆ ਰਹੇ ਆ ਤੇ ਜਬਰਦਸਤੀ ਹੁਸ਼ਿਆਰਪੁਰ ਦੇ ਵੱਲ ਕੱਢੀ ਜਾਂਦੇ ਜੀ ਮਨਮੋਹਨ ਸਿੰਘ ਪੁਲਿਸ ਵਾਲੇ ਵੀ ਮਿਲ ਕੇ ਕਰੀ ਜਾਂਦੇ ਆ ਜੀ ਉਧਰਲਾ ਬਕੂਆ ਬਣਦਾ ਔਰ ਇੱਕ ਮਾਮਲਾ ਇਹ ਵੀ ਸਾਹਮਣੇ ਹੁੰਦਾ ਕਿ ਜਿਹੜਾ ਤੁਸੀਂ ਕੋਈ ਕਹਿ ਰਹੇ ਹੋ ਕਿ ਪਰਚਾ ਵੀ ਜਿਹੜਾ ਵਾ ਕਿ ਉਹ ਤੁਹਾਡਾ ਗੁਰਦਾਸਪੁਰ ਚ ਤੁਹਾਡੇ ਤੇ ਕੇਸ ਪਾਇਆ ਵਾ ਤੇ ਜ਼ਮੀਨ ਜਿਹੜੀ ਉਹ ਹੁਸ਼ਿਆਰਪੁਰ ਦਾ ਇਹ ਕੀ ਰੋਲਾ ਹੈ ਹਾਂਜੀ ਇਹ ਜ਼ਬਰਦਸਤੀ ਕਰੀ ਜਾਂਦਾ ਜੀ ਸਾਰਾ ਕੁਝ ਜਿਹੜੇ ਕੇਸ ਆ ਉਹ ਲੜਦਾ ਵਾ ਗੁਰਦਾਸਪੁਰ ਵਿੱਚ ਤੇ ਪਹਿਲੀ ਹਿਆਰਪੁਰ ਦੀ ਕਰਦਾ ਵਾ ਜੀ ਯਾਨੀ ਕੀ ਆ ਗਈ ਇੱਥੇ ਦੀ ਆ ਗਈ ਗੁਰਦਾਸਪੁਰ ਦੀ ਆ ਜੀ ਤੇ ਕੀ ਮੰਗ ਕਰਨਾ ਚਾਹੁੰਦੇ ਆ ਅਸੀਂ ਕਹਿੰਨੇ ਜੀ ਸਾਡਾ ਮਸਲਾ ਹੱਲ ਹੋਣਾ ਚਾਹੀਦਾ ਜੀ ਸਾਨੂੰ ਜਿਹੜਾ ਸਾਡਾ ਇਨਸਾਫ ਮਿਲਦਾ ਮਿਲੇ ਜੀ ਤੇ ਨਾਮ ਸਾਪ ਦਾ ਸਰਪੰਚ ਬਲਵਿੰਦਰ ਸਿੰਘ ਪਿੰਡ ਬਲਪੁਰ ਜੀ ਦੱਸੋਗੇ ਕੀ ਝਗੜਾ ਹੈਗਾ ਕਿ ਜਿਹਦੇ ਕਰਕੇ ਅੱਜ ਇਕੱਠੇ ਹੋਏ ਇਹ ਮੋਹਨ ਸਿੰਘ ਦਾ ਤੇ ਗੁਚਨ ਸਿੰਘ ਦਾ ਝਗੜਾ ਸੀ ਪਹਿਲੀ ਦਾ ਤੇ ਬਾ ਆ ਕੇ ਸਾਰੇ ਬੰਦਿਆ ਨੇ ਦੁਜਾ ਰਾਜੀਨਾਮਾ ਇਹਨਾਂ ਦਾ ਕਰਾਤਾ ਤੇ ਜਿਹੜੀ ਹਰਬਨ ਸਿੰਘ ਦੀ ਪੈਲੀ ਸੀ ਉਹ ਇਹਨੂੰ ਦਵਾਤੀ ਮੋਹਨ ਸਿੰਘ ਨੂੰ ਤੇ ਮੋਹਨ ਸਿੰਘ ਵਾਲੀ ਦਾਤੀ ਹਰਬਨ ਸਿੰਘ ਨੂੰ ਤਾਂ ਆਜਰਬਨ ਸਿੰਘ ਨੇ ਆਪਣੀ ਨੰਬਰੀ ਵਾਲੀ ਤੇ ਇਹਨਾਂ ਦੀ ਜਿਹੜੀ ਪੈਲੀ ਆ ਉਹ ਵੀ ਉਹਨੇ ਜ਼ਬਰਦਸਤੀ ਵਾਲੀ ਆ ਤੇ ਇਹ ਕਮਾਦ ਸੀ ਕਮਾਦ ਚ ਫੈਸਲਾ ਹੋਇਆ ਹੈ ਕਿ ਕਮਾਦ ਵੱਡੇ ਨਾ ਉਹ ਆਂਦਾ ਮੈਂ ਵੱਡਣਾ ਇਹਨਾਂ ਵੱਡਿਆ ਉਹਨੇ ਵੱਡਿਆ ਤੇ ਇਹ ਡੱਕਣ ਆਏ ਦੇ ਉਥੇ ਝਗੜਾ ਹੋਇਆ ਤੇ ਜਾ ਕੇ ਬਣਾਉਣ ਡਿਆ ਪਏ ਮੇਰਾ ਹਿਾਰਪੁਰ ਚ ਝਗੜਾ ਆਇਆ ਸ਼ਰੀਆਮ ਝੂਠ ਬੋਲਦਾ ਮੌਕੇ ਦੇ ਅਫਸਰ ਆਏ ਕੀ ਨਿਭੜਿਆ ਮੌਕੇ ਦੇ ਅਫਸਰ ਆਏ ਉਹਨਾਂ ਵੇਖਿਆ ਵੀ ਜਿੱਥੇ ਝਗੜਾ ਹੋਇਆ ਉਹ ਗੁਰਦਾਸਪੁਰ ਚਾ ਤੇ ਦੂਜਾ ਉਹ ਬਣਾਉਂਦਾ ਹਿਾਰਪੁਰ ਚ ਹਿਾਰਪੁਰ ਚ ਨਹੀਂ ਹੋ ਸਕਦਾ ਔਰ ਇੱਕ ਕੇਸ ਵੀ ਕਹਿੰਦੇ ਕਿ ਗੁਰਦਾਸਪੁਰ ਚ ਕੀਤਾ ਵਾ ਜਗਾ ਹਿਾਰਪੁਰ ਚ ਇਹ ਕੀ ਰੋਲਾ ਹੈ ਉਹ ਕੇਸ ਇਦਾਂ ਕੀਤਾ ਪਹਿਲੇ ਇਹਨਾਂ ਜਦੋਂ ਉਹਨਾਂ ਆਪਣਾ ਉਹਦਾ ਗੁਰਚਰਨ ਸਿੰਘ ਦਾ ਕਮਾਦ ਵਾਇਆ ਉਦੋਂ ਵੀ ਇਹਨਾਂ ਕਤਈਂ ਦਖਲ ਨਹੀਂ ਲਿਆ ਕਮਾਦ ਉਦਾਂ ਹੀ ਵਾਹ ਕੇ ਤੇ ਉਦਾਂ ਧੱਕੇ ਨਾਲ ਦੱਬ ਲਿਆ ਹਕ ਤਈ ਦਖਲ ਕਾਨੂੰਨ ਨਾਲ ਪੈਲੀ ਨਹੀਂ ਸੀ ਉਹਨੇ ਬਾਈ ਕਮਾਦ ਇਹਨਾਂ ਲਾਇਆ ਹੀ ਜਿੱਥੇ ਮਰਜ਼ੀ ਸਾਡੇ ਵਾਹ ਰਾਜੀਨਾਮਾ ਕਰਾਇਆ ਬੰਦੇ ਵੇਚਿਆ 26ਾਂ ਦੇ ਕੇਸ ਇਹਨਾਂ ਦੇ ਵਾਪਸ ਲਏ ਸੀ ਰਾਜੀਨਾਮਾ ਕਰਾਇਆ ਸੀ ਤੇ ਅਸਲੇ ਹੱਕ ਹਰਬੰਸ ਸਿੰਘ ਦਾ ਹੈ ਬਿਜੋ ਪਹਿਲੀ ਕੇਂਦਰ ਸਰਕਾਰ ਦੀ ਹੋਣ ਕਰਕੇ ਜਿਹੜਾ ਇੱਕ ਲੋ ਮਾਰ ਖੰਦਾ ਜੀ ਬਾਪੂ ਜੀ ਆਪਣਾ ਨਾਂ ਕੀ ਹਰਬੰਸ ਸਿੰਘ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਡੋਗਰ ਮੇਸਨ ਤੋਗ ਨਗਰਪਤੀ ਤੇ ਕੀ ਲੜਾਈ ਹੋਈ ਤੁਹਾਡੀ ਲੜਾਈ ਇਹ ਆ ਜੀ ਮੈਂ ਮਾਲ ਕਾਂ ਬਾਧਰਪੁਰ ਜੋ ਇਹਦਾ ਗਰਦਾਸਪੁਰ ਦਾ ਹਾਂਜੀ ਤੇ ਮੇਰ ਨਾਲ ਧੱਕਾ ਹੋਣ ਰਿਆ ਜੀ ਤੇ ਜ਼ਮੀਨ ਜਿਹੜੀ ਗਰਦਾਸਪੁਰ ਦੀ ਆ ਇਹ ਕੇਸ ਜਿਹੜੇ ਗਰਦਾਸਪੁਰ ਚੱਲਦੇ ਆ ਹਾਂਜੀ ਤੇ ਇਹ ਪੈੜੀ ਹਾਰਪੁਰ ਚ ਬਣਾਉਂਦਾ ਫਿਰਦਾ ਠੀਕ ਤੇ ਜਿਹੜੇ ਮੁਲਾਜ਼ਮਾਂ ਮੁਲਾਜ਼ਮੀ ਹੋਰੀ ਮੈਤ ਕਰੀ ਜਾਂਦੇ ਆ ਬੰਦੇ ਆ ਨਾ ਕੀ ਇਹਦਾ ਵਿਰੋਧੀ ਪਾਰਟੀ ਦਾ ਤੇ ਮਨਮੋਹਨ ਸਿੰਘ ਤੇ ਹੁਣ ਕੀ ਚਾਹੁੰਦੇ ਹੋ ਵੀ ਅੱਜ ਜੀ ਤਾਂ ਅਫਸਰ ਵੀ ਆਏ ਕੀ ਨਹੀਂ ਬੜਿਆ ਮੈਂ ਚਾਹਨਾ ਇਹ ਹੱਕ ਦਾ ਹੱਕ ਹੋਣਾ ਚਾਹੀਦਾ ਹੈ ਮੈਨੂੰ ਆਪਣਾ ਇਨਸਾਫ ਮਿਲਣਾ ਚਾਹੀਦਾ ਮੈਂ ਗਰੀਬ ਬੰਦਾ ਮੈਂ ਇਹਨਾਂ ਕਰ ਨਹੀਂ ਸਕਦਾ ਪੈਸੇ țeਲੇ ਦਾ ਉਹ ਆ ਬੰਦਾ ਹੋਰ ਹਸਾਬ ਦਾ ਪੈਸੇ ਵਾਲਾ ਜਿਹੜਾ ਚਾਰਸ ਬੰਨੋ ਗਰੀਬ ਨੂੰ ਦੱਬੀ ਜਾਂਦਾ ਤਾਲੀ ਇਧਰ ਦੀ ਆ ਗਰਦਾਸਪੁਰ ਦੇ ਕੇਸ ਆ ਜਾਣ ਕੇ ਬਣਾਈ ਜਾਂਦਾ ਉੱਧਰ ਜੇ ਮੰਨ ਲਓ ਕਿ ਤੁਹਾਨੂੰ ਜਿਤਨਾ ਇਨਸਾਫ ਦੀ ਤਾਂ ਅੱਜ ਕਹਿੰਦੇ ਵੀ ਕੋਈ ਨਿਭੜਿਆ ਨਹੀਂ ਕੀ ਕਹਿੰਦੇ ਜੁੰਦੇ ਵੀ ਅੱਗੇ ਕੀ ਅਦਾਲਤ ਤੇ ਜਾਣਾ ਚਾਹੁੰਦੇ ਜਾਂ ਕੀਤਾ ਹਾਂਜੀ ਫੇਰ ਅਸੀਂ ਹਾਈ ਕੋਰਟ ਜਾਵਾਂਗੇ ਹਾਈ ਕੋਰਟ ਤੇ ਸਾਨੂੰ ਇਨਸਾਫ ਮਿਲੇ ਤੇ ਸ਼ੁਕਰ ਕਰਾਂਗੇ ਗਰੀਬ ਬੰਦਾ ਸ਼ੁਕਰ ਕਰਾਂਗੇ ਕਿ ਸਾਡਾ ਹੱਕ ਮਿਲ ਜੇ ਅਸੀਂ ਲੜ ਨਹੀਂ ਸਕਦੇ ਹਾਂਜੀ ਸਰ ਜੀ ਬੇਨਤੀ ਇਹ ਆ ਸਾਡੀ ਗਰਦਾਸਪੁਰ ਦੀ ਪੈਲੀ ਜਿਹੜੀ ਜੋ ਪੈਲੀ ਆ 97 ਹਰ ਦਾ 3 ਤੇ 4 ਨੰਬਰ ਰਕਬਾ ਬਹਾਦਰਪੁਰ ਜੋਏ ਦਾ ਹੈ ਇਸ ਦੀ ਵਟ ਜਿਹੜੀ ਜਾਂਦੀ ਆ ਕਮਾਦ ਸਾਹਮਣੇ ਸਰੋਂ ਦੇ ਬੂਟੇ ਲੱਗੇ ਇੱਥੋਂ ਸਿੱਧੀ ਹੋ ਕੇ ਵਟ ਬੰਬੀ ਦੇ ਉੱਪਰੋਂ ਦੀ ਹੋ ਕੇ ਆ ਪਿਛੇ ਸਾਈਡ ਦੇ ਵਿੱਚ ਆ ਰਹੀ ਆ ਜੀ ਆ ਪਿਛੇ ਸਾਡਾ ਇਹ ਤੂਤਾ ਲੱਗੇ ਕਮਾਦ ਆ ਕਮਾਦ ਤੂਤ ਦੇ ਬੂਟਿਆਂ ਦੇ ਸਾਹਮਣੇ ਇੰਜਣ ਲੱਗਾ ਹੋਇਆ ਇਹ ਨਹੀਂ ਥੱਲੇ ਵਾਲਾ ਵੀ ਕਮਾਦਾ ਇਹ ਤੋਂ ਸਿੱਧਾ ਚੱਲ ਕੇ ਉੱਪਰ ਚੜਦੇ ਬੰਨੇ ਨੂੰ ਵਟ ਜਾ ਰਹੀ ਆ 97 ਹਰ ਦਾ 3 ਤੇ 4 ਚੜਦੇ ਚੜਦੇ ਬੰਨੇ ਜਾ ਰਹੀ ਆ ਵਟ ਤੇ ਇਹ ਇਹ ਵਟ ਜਿਹੜੀ ਆ ਸਾਡਾ ਇੱਥੇ ਮਾਲਕੀ ਪਿਆਲੀ ਬਣਦੀ ਆ ਬਾਪੂ ਜੀ ਦੇ ਨਾਮ ਤੇ ਹਰਭਜਨ ਸਿੰਘ ਸਨ ਬੂਟਾ ਸਿੰਘ ਪਿੰਡ ਡੋਗਰ ਮਹੇਸ਼ 44 ਰਕਬਾ ਬਹਾਦਰਪੁਰ ਜੋਆ ਪਿਆਲੀ ਰਕਬਾ ਬਹਾਦਰਪੁਰ ਜੋਆ ਜ਼ਿਲ੍ਹਾ ਗਰਦਾਸਪੁਰ ਦੀ ਆ ਗਰਦਾਸਪੁਰ ਦੀ ਹੈ ਜੀ ਇਹ ਜ਼ਬਰਦਸਤੀ ਸਾਡੀ ਗਰਦਾਸਪੁਰ ਦੀ ਪਿਆਲੀ ਮੰਲ ਰਿਹਾ ਹੈ ਮਨਮੋਹਨ ਸਿੰਘ ਜਿਹੜਾ ਧੱਕੇਸ਼ਾਹੀ ਕਰਦਾ ਉਹ ਪੁਲਿਸ ਵਿਭਾਗ ਨੇ ਵੀ ਮਿਲ ਕੇ ਕਰਦਾ ਹੈ ਜੋ ਵੀ ਕੁਝ ਕਰਦਾ ਹੈ ਤੇ ਸਾਡੀ ਅਸੀਂ ਗਰੀਬ ਬੰਦੇ ਆ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਕਿਰਪਾ ਕਰਕੇ ਸਾਨੂੰ ਇਨਸਾਫ ਦਵਾਇਆ ਜਾਏ ਹਾਈ ਕੋਰਟ ਦੇ ਰਾਹੀਂ ਸਾਨੂੰ ਇਨਸਾਫ ਦਵਾਇਆ ਜਾਏ ਜੀ ਬੇਨਤੀ ਕਰਦੇ ਆ ਵੀ ਅਸੀਂ ਗਰੀਬ ਬੰਦੇ ਆ ਸਾਡੇ ਕੋ ਪੈਸਾ ਧੇਲਾ ਤੇ ਨਹੀਂ ਲਾ ਸਕਦੇ ਸਾਨੂੰ ਧੱਕੇਸ਼ਾਹੀ ਨਾ ਦੁਬਾਰਾ ਹੋਏ ਜੀ